लोहा फैक्ट्री वालों जंगलात विभाग की जमीन से की जा रही नाजायज उसारी। हेलो सरदार जी, प्रधान जी, हेलो हेलो इधर आओ। कुंभकर्णी नीत सुते जंगलात विभाग के अधिकारी जो कब्जे ने लगभग शनिवार एतवार करवाने, क्योंकि ਇਹਨਾਂ ਦੀ ਮਿਲੀ ਭੁਗਤ ਹੁੰਦੀ ਹੈ ਰੱਬ ਜਾਣ। ਆਪਾਂ ਕਹਿੰਦੇ ਹਾਂ ਹਮੇਸ਼ਾ ਵੀ ਸ਼ਨੀ ਐਤਵਾਰ ਦੀ ਛੁੱਟੀ ਹੈ, ਵੀ ਜਿਹੜਾ ਕੁਛ ਕਰਨਾ ਕਰ ਲਓ। ਐਮਐਲਏ ਜਗਤਾਰ ਸਿੰਘ ਦਿਆਲਪੁਰਾ ਨੇ ਰੁਕਵਾਇਆ ਕੰਮ। हल्का सबराला सरहद नहर दे गड़ी पुल नेड़े स्थित एक लोहा फैक्ट्री वालों जंगलात विभाग दी जमीन ते नाजायज कब्जा किया जा रहा सी, जिस नू हल्का विधायक जगतार सिंह दयालपुरा ने मौके ते जाके रुकवाया अते कुंभकर्णी नींद सुते पए जंगलात विभाग दे अधिकारियों नू जगा के कानूनी कारवाई करन दे निर्देश दिते। गलबात करदे विधायक दयालपुरा ने दस्सिया कि उन्हां दे ध्यान विच किसे व्यक्ति ने लिया कि इंडस्ट्री वाले अपनी कंध तोड़ के जंगलात विभाग दे काफी जगह ते नाजायज उसारी कर रहे ने। विधायक ने दस्सिया कि शनिवार दा दिन होण कारण पंजाब तो वध मजदूर मिस्त्री धड़ाधड़ जंगलात विभाग दी जमीन ते उसारी कर रहे सन, अते जदों ओह पुलिस नूं लै के मौके ते पहुंचे तां उत्थों सारे भज गए। विधायक वालों मौके ते ही जंगलात विभाग दे अधिकारियों नूं बुलाया गया अते क्लास लगाउंदिया कहा कि जेकर कोई गरीब व्यक्ति जां किसान जंगलात दा एक बूटा भी वढ लवे तां उस ते तुरंत कारवाई हो जांदी आ, पर इह अमीर घराणियां नाल संबंधित उद्योगपति विभाग दी जमीन ते नाजायज कब्जा कर रहे ने। उस समय अधिकारी अखां बंद कर सुते पए सी। विधायक दयालपुरा ने दस्सिया कि उन्हां ने मौके ते आके देखिया कि इस फैक्ट्री दे गंदे पानी दी निकासी जंगलात विभाग दी जमीन च कीती होई है अते उस विच लगे दरख्तां नूं नुकसान पहुंचा के गंदा पानी फैलाया जा रहा। उन्हें कहा कि बड़ी हैरानी की गल है कि जंगलात और प्रदूषण विभाग दोवे बेपरवाह होए बैठे ने ਅਤੇ ਪ੍ਰਦੂਸ਼ਣ ਵਿਭਾਗ ਨੂੰ ਇਸ ਗੰਦੇ ਪਾਣੀ ਦੀ ਵੀਡੀਓ ਬਣਾ ਕੇ ਭੇਜ ਦਿੱਤੀ ਜਾਵੇਗੀ ਤਾਂ ਜੋ ਬਣਦੀ ਕਾਰਵਾਈ ਹੋ ਸਕੇ। ਅਸਲ ਦੇ ਵਿੱਚ ਮੈਂ ਕਿਸੇ ਆਪਣੇ ਫੈਮਿਲੀ ਫੰਕਸ਼ਨ ਦੀ ਸਾਡਾ ਪਰਿਵਾਰ ਕੇ ਕਹਿ ਲਈਏ, ਉੱਥੇ ਬੈਠੇ ਬੈਠੇ ਮੈਨੂੰ ਇੱਕ ਮੈਸੇਜ ਆਇਆ ਵਟਸਐਪ ਦੇ ਉੱਪਰ, ਜਿਹਦੇ ਉੱਪਰ ਲਿਖਿਆ ਸੀ ਵੀ ਜੰਗਲਾਤ ਵਿਭਾਗ ਦੀ ਜ਼ਮੀਨ ਦੇ ਉੱਪਰ ਕੋਈ ਕਰਜ਼ ਫੈਕਟਰੀ ਵਾਲੇ ਜਿਹੜੇ ਨਜਾਇਜ਼ ਕਬਜ਼ਾ ਕਰਨ ਲੱਗੇ ਨੇ ਗੜੀ ਪੁਲ ਦੇ ਨਜ਼ਦੀਕ। ਅਤੇ ਮੈਂ ਉਸੇ ਟਾਈਮ ਪ੍ਰੋਗਰਾਮ ਛੱਡ ਕੇ ਜਦੋਂ ਮੈਂ ਉੱਥੇ ਪਹੁੰਚਿਆ, ਜੋ ਦੇਖਿਆ ਮੈਂ ਉੱਥੇ ਦਾ, ਉੱਥੇ ਲਗਭਗ 50+ ਮਜ਼ਦੂਰ ਹੋਣਗੇ ਜਿਹੜੇ ਕੰਧ ਭੰਨ ਕੇ ਫੈਕਟਰੀ ਦੀ ਜਿਹੜੀ ਜੰਗਲਾਤ ਵਾਲੀ ਜਗ੍ਹਾ 'ਤੇ ਉਹਦੇ ਕਬਜ਼ਾ ਕਰਨ ਲੱਗੇ ਸੀ। ਅਸੀਂ ਮੌਕੇ 'ਤੇ ਗਏ ਅਤੇ ਸਾਨੂੰ ਦੇਖ ਕੇ ਸਾਰੇ ਬੰਦੇ ਮਤਲਬ ਭੱਜ ਗਏ। ਉਹ ਤੋਂ ਬਾਅਦ ਕੀ ਹੋਇਆ, ਨਾਲ ਦੇ ਨਾਲ ਮੈਂ ਜੰਗਲਾਤ ਵਿਭਾਗ ਵਾਲੇ ਬੁਲਾਏ ਉੱਥੇ, ਅਤੇ ਨਾਲ ਦੀ ਨਾਲ ਜੋ ਉੱਥੇ ਮਾਹੌਲ ਦੇਖਿਆ ਆਪਾਂ, ਦੇਖਿਆ ਉੱਥੇ ਜਿਹੜਾ ਪਾਣੀ ਸੀ ਉਹਨਾਂ ਦਾ ਗੰਦਾ ਪਾਣੀ, ਉਹ ਵੀ ਜੰਗਲਾਤ ਵਾਲੀ ਜਗ੍ਹਾ ਦੇ ਵਿੱਚ ਗਿਰ ਰਿਹਾ ਸੀ, ਅਤੇ ਉਹ ਨਾਲ ਦੀ ਨਾਲ ਪ੍ਰਦੂਸ਼ਣ ਬੋਰਡ ਨੂੰ ਉਹਦੀਆਂ ਫੋਟੋਆਂ ਭੇਜੀਆਂ ਅਤੇ ਨਾਲ ਦੀ ਨਾਲ ਪਰਚਾ ਕਰਾਇਆ, ਅਤੇ ਉਹਨਾਂ ਦੇ ਜਿਹੜੀ ਗਰਦ ਫੈਕਟਰੀ ਹੈ 'ਤੇ ਪਰਚਾ ਦਰਜ ਹੋ ਚੁੱਕਿਆ, ਅਤੇ ਉਹ ਸਾਰਾ ਮਤਲਬ ਅਲੀਗਲ ਕਰਨ ਲੱਗੀ ਜਿਵੇਂ ਚੱਲਿਆ। ਉਹਦੇ ਵਿੱਚ ਆਪਾਂ ਰੱਬ ਲੱਗਦੀ ਮੈਂ ਗੱਲ ਕਹੂੰਗਾ ਵੀ ਜੇ ਸੱਚ ਸੋਚਿਆ ਦੇਖਿਆ ਜਾਵੇ, ਜਿਵੇਂ ਹਮੇਸ਼ਾ ਹੁੰਦਾ ਹੀ ਆ, ਅੱਗੇ ਦੇਖਿਆ ਹੀ ਆ, ਅਤੇ ਜਿਹੜੇ ਕਬਜ਼ੇ ਨੇ ਇਹ ਲਗਭਗ ਸ਼ਨੀਵਾਰ ਐਤਵਾਰ ਨੂੰ ਕਰਾਉਂਦੇ ਨੇ, ਕਿਉਂਕਿ ਇਹਨਾਂ ਦੀ ਮਿਲੀ ਭੁਗਤ ਹੁੰਦੀ ਹੈ ਰੱਬ ਜਾਣ। ਆਪਾਂ ਕਹਿੰਦੇ ਹਾਂ ਹਮੇਸ਼ਾ ਵੀ ਸ਼ਨੀ ਐਤਵਾਰ ਦੀ ਛੁੱਟੀ ਆ, ਵੀ ਜਿਹੜਾ ਕੁਛ ਕਰਨਾ ਕਰ ਲਓ, ਅਤੇ ਉਹ ਸਾਰਾ ਪਰਚਾ ਦਰਜ ਹੋ ਗਿਆ ਉਹਨਾਂ 'ਤੇ। ਫੈਕਟਰੀ ਦਾ ਕੀ ਨਾਮ ਸੀਗਾ ਜੀ? ਗਰਗ ਫੈਕਟਰੀ ਦੇ ਨਾਂ 'ਤੇ ਫੈਕਟਰੀ ਆ, ਸ਼ਾਇਦ ਸਰੀਆ ਤਿਆਰ ਹੁੰਦਾ ਉੱਥੇ। ਦੂਜੇ ਪਾਸੇ ਮਾਛੀਵਾੜਾ ਪੁਲਿਸ ਵੱਲੋਂ ਸ਼ਿਕਾਇਤ ਮਿਲਣ ਤੇ ਇਸ ਮਾਮਲੇ 'ਚ ਗਰਗ ਲੋਹਾ ਫੈਕਟਰੀ ਤੇ FIR ਦਰਜ ਕੀਤੀ ਗਈ ਹੈ। ਸਰ, ਗਰਗ ਫੈਕਟਰੀ ਦਾ ਕੀ ਮਾਮਲਾ ਜੀ? ਗਰਗ ਫੈਕਟਰੀ ਦੇ ਵਿੱਚ ਫੋਰੈਸਟ ਡਿਪਾਰਟਮੈਂਟ ਵੱਲੋਂ ਇੱਕ ਐਪਲੀਕੇਸ਼ਨ ਸਾਨੂੰ ਆਈ ਸੀ, ਜਿਹਦੇ ਆਧਾਰ 'ਤੇ ਅਸੀਂ ਕੇਸ ਰਜਿਸਟਰਡ ਕੀਤਾ। ਐਕਚੁਅਲੀ ਗਰਗ ਫੈਕਟਰੀ ਵੱਲੋਂ ਇਹ ਵਣ ਵਿਭਾਗ ਦੀ ਜ਼ਮੀਨ ਦੇ ਉੱਤੇ, ਕੁਝ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਗਿਆ ਸੀ, ਜਿਹਨੂੰ ਲੈ ਕੇ ਅਸੀਂ 447, 527, 511, 120 ਦੇ ਵਿੱਚ ਪਰਚਾ ਦਰਜ ਕੀਤਾ ਹੈ। ਅਤੇ ਕਿੰਨੇ ਬੰਦਿਆਂ ਦੇ ਪਰਚਾ ਦਰਜ ਕੀਤਾ ਜੀ? ਇਹ ਇੱਕ ਤਾਂ ਬਾਈ ਨੇਮ ਹੈ ਨਰਸੀਦਾਸ ਗਰਗ, ਅਤੇ ਬਾਕੀ 5-6 ਜਣੇ ਇਹਦੇ 'ਚ ਅਨਨਾਊਨ ਨੇ। ਉਹ ਅਸੀਂ ਇਨਵੈਸਟੀਗੇਟ ਕਰਕੇ ਪਤਾ ਕਰ ਲਿਆ ਕਿਹੜੇ ਬੰਦਿਆਂ ਦਾ ਰੋਲ ਹੈ, ਕੀ ਹੈ। ਜਿਹੜੇ ਨਰਸੀਦਾਸ ਗਰਗ ਨੇ ਉਹ ਕੌਣ ਨੇ ਜੀ? ਉਸ ਫੈਕਟਰੀ ਦੇ ਕੀ ਕਰਦੇ? ਉਸ ਫੈਕਟਰੀ ਦੇ ਵਿੱਚ ਓਨਰ ਨੇ ਉਹ, ਅਤੇ ਬਾਕੀ ਇਹਦੇ 'ਚ ਹੋਰ ਵੀ ਦੇਖਾਂ ਕੀ ਹੈ, ਹਾਲੇ ਮੈਟਰ ਸਟਿਲ ਅੰਡਰ ਇਨਵੈਸਟੀਗੇਸ਼ਨ। ਇੱਕ ਸਰ, ਗੰਦੇ ਪਾਣੀ ਦਾ ਵੀ ਮਾਮਲਾ ਸੀਗਾ ਉੱਥੇ ਫੈਕਟਰੀ ਦਾ? ਗੰਦੇ ਪਾਣੀ ਦੇ ਵਿੱਚ ਉੱਥੋਂ ਜਿਹੜਾ ਪਾਣੀ ਨਿਕਲ ਰਿਹਾ, 315 ਮੀਟਰ ਜਗ੍ਹਾ ਦੇ ਵਿੱਚ ਗੰਦਾ ਪਾਣੀ ਆ, ਉਹ ਅਸੀਂ ਦੇਖ ਕੇ ਉਹਦਾ ਵੀ ਇਨਕਰੋਚਮੈਂਟ ਹੀ ਆਊਗੀ ਇਹਨਾਂ ਦੀ। ਇਹਨਾਂ ਨੇ ਫੋਰੈਸਟ ਵਿਭਾਗ ਦੀ ਜ਼ਮੀਨ 'ਤੇ ਕਿੰਨਾ ਕੁ ਕਬਜ਼ਾ ਕੀਤਾ ਜੀ? ਜ਼ਮੀਨ ਤਾਂ ਹੈਗੀ ਹੈ ਜੀ, ਇੱਕ ਤਾਂ 14x7 ਮੀਟਰ ਹੈ ਅਤੇ ਇੱਕ 315 ਸਕੇਅਰ ਮੀਟਰ ਹੈ ਜਿਹੜਾ ਗੰਦਾ ਪਾਣੀ ਹੈ। ਇਹ ਜ਼ਮੀਨ ਤਾਂ ਥੋੜ੍ਹੀ ਹੈ, ਲੇਕਿਨ ਫੋਰੈਸਟ ਡਿਪਾਰਟਮੈਂਟ ਦੀ ਹੈ ਜ਼ਮੀਨ। ਜਿੱਥੇ ਸਰ ਕਬਜ਼ਾ ਕੀਤਾ ਸੀ ਉਹ ਮਤਲਬ ਕਿ
ਪਾਲਿਆ ਹੋਇਆ ਸੀ ਲੈਂਟਰ ਵਗੈਰਾ ਜਾਂ ਕਿੱਦਾਂ? ਉਹਨਾਂ ਨੇ ਹਲੇ ਅੰਡਰ ਕੰਸਟਰਕਸ਼ਨ ਚਾਰ ਦੀਵਾਰੀ ਹੀ ਕੀਤੀ ਸੀ, ਲੈਂਟਰ ਨਹੀਂ ਸੀ ਪਿਆ। जल्दी असं रैसट कर लाँगे जी। फस्ट ऑफ आल इनवैसटीगेशन है, जिहड़े भी बंदे जिम्मेवार ने उन्होंने इस मुकदमे के गिरफ्तार किया जाऊगा। सर जिहड़े जंगलात विभाग के अधिकारी ने कि उत्थे वह गेड़ा नहीं मारते सी जां उन्हां नूं पता नहीं सी जां उन्हां दी मिली भुगत दे नाल चल रहा सी? ऐ हुंदा जी, कई बार कोई कर लैंदे ने, हले तां अंडर कंसट्रक्शन सीगा। जदों उन्हां नूं पता लग्गिया गेड़ा मारिया तां उन्हां ने इमीडिएटली सानूं दस्सिया ते असीं उत्थे पहुँच के कार्रवाई की है। A1 मीडिया ले समराला तो अनुराग संदल दी खास रिपोर्ट।